ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਤੰਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਦੌਰਾਨ ਹੀ ਪ੍ਰਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਮਤਲਬ ਇਹ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਤੰਬਰ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ ਅਤੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੇ PR ਦੇ ਲਈ ਅਪਲਾਈ ਕਰਨ ਅਤੇ ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅਗਸਤ ਮਹੀਨੇ ਦੇ ਦੌਰਾਨ 4 ਐਕਸਪ੍ਰੈਸ ਐਂਟਰੀ ਡਰਾਅ ਕੱਢੇ ਗਏ ਸਨ ਅਤੇ ਇਹਨਾਂ 4 ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ 2 ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ 2 ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ ਹੁਣ ਸਤੰਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਵੱਡਾ ਐਕਸਪ੍ਰੈਸ ਐਂਟਰੀ ਡਰਾਅ ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਤੰਬਰ ਮਹੀਨੇ ਦਾ ਪਹਿਲਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ ਅਤੇ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 1 ਸਤੰਬਰ ਨੂੰ ਕੱਢੇ ਗਏ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ 635 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ ਇਸ ਡਰਾਅ ਦੇ ਵਿੱਚ CRS ਸਕੋਰ 764 ਰਿਹਾ। ਅਤੇ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ 1 ਸਤੰਬਰ ਨੂੰ ਨਵਾਂ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਗਿਆ ਹੈ ਅਤੇ ਇਸ ਨਵੇਂ ਐਕਸਪ੍ਰੈਸ ਐਂਟਰੀ ਡਰਾਅ ਦੇ ਵਿੱਚ 635 PNP ਕੈਂਡੀਡੇਟਸ ਨੂੰ ਸੱਦੇ ਭੇਜੇ ਗਏ ਹਨ ਕਿ ਉਹ ਕੈਨੇਡਾ ਦੀ PR ਦੇ ਲਈ ਅਪਲਾਈ ਕਰਨ ਅਤੇ ਇਸ ਡਰਾਅ ਦੇ ਵਿੱਚ CRS ਸਕੋਰ 764 ਰਿਹਾ। ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੂੰ ਇਸ ਨਵੇਂ ਡਰਾਅ ਦੇ ਵਿੱਚ ਇਨਵੀਟੇਸ਼ਨ ਮਿਲਿਆ ਹੈ। ਬਿਊਰੋ ਰਿਪੋਰਟ, ਖਬਰ ਪੰਜਾਬੀ।